ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਹੈਗੀ ਹੈ ਪਟਿਆਲਾ ਕਬਾੜ ਮਾਰਕੀਟ ਦੀ ਜਿਹੜੀ ਟਰੈਕਟਰ ਮਾਰਕੀਟ ਹੈ ਜਿੱਥੇ ਕਿ ਪੁਰਾਣੇ ਤੋਂ ਪੁਰਾਣਾ ਤੇ ਨਵੇਂ ਤੋਂ ਨਵਾਂ ਟਰੈਕਟਰ ਟਰੈਕਟਰਾਂ ਦੇ ਸੰਦ ਇੰਜਨ ਟਾਇਰ ਜੋ ਵੀ ਤੁਸੀਂ ਲੈਣਾ ਉਹ ਸਾਰਾ ਕੁਝ ਮਿਲਦਾ ਗੱਡੀਆਂ ਦਾ ਕੋਈ ਵੀ ਪਾਰਟ ਤੁਹਾਨੂੰ ਚਾਹੀਦਾ ਹੈ ਬਹੁਤ ਵੱਡਾ ਬਾਜ਼ਾਰ ਹੈ ਬਹੁਤ ਵੱਡੀ ਮਾਰਕੀਟ ਹੈ ਜੇ ਤੁਸੀਂ ਕਦੇ ਵੀ ਉਰੋਂ ਸਮਾਨ ਲੈਣਾ ਹੈ ਤਾਂ ਆਪਣਾ ਨਾਲ ਮਿਸਤਰੀ ਜਾਂ ਕੋਈ ਜਿਹੜਾ 파ਰਖੂ ਬੰਦਾ ਹੁੰਦਾ ਉਹਨੂੰ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਉਰੇ ਠੱਗੀ ਬਹੁਤ ਹੈ ਇਹ ਪੁਰਾਣੀਆਂ ਚੀਜ਼ਾਂ ਨੂੰ ਰੰਗ ਰੰਗ ਕਰਕੇ ਨਮਾ ਕਹਿ ਕੇ ਵੇਚ ਦਿੰਦੇ ਨੇ ਇਹ ਗੱਡੀਆਂ ਇੱਧਰ ਖੜੀਆਂ ਜੇ ਤੁਸੀਂ ਪਾਰਟ ਕੋਈ ਵੀ ਲੈਣਾ ਤੁਹਾਨੂੰ ਜ਼ਰੂਰ ਤੱਕ ਤੇ ਪੈ ਜਾਂਦੀ ਹੈ ਤੁਸੀਂ ਪਟਿਆਲਾ ਆਉਂਗੇ ਤਾਂ ਆਪਣਾ ਪਰਖ ਕੇ ਲਿਓ ਕਿਉਂਕਿ ਥੱਗੀ ਬਹੁਤ ਚਲਦੀ ਹੈ ਉਰੇ ਇਹ ਮਗਰਾੜ ਪੈਨੇ ਟਰੈਕਟਰ ਟਾਇਰ ਟਾਇਰ ਜੇ ਜੀ ਮਰਜ਼ੀ ਤੁਸੀਂ ਲੈ ਸਕਦੇ ਹੋ ਟਰੈਕਟਰ ਚਾਹੀਦਾ ਨਵਾਂ ਟਰੈਕਟਰ ਵੀ ਉਰੇ ਹੈਗੇ ਨੇ ਨਵੇਂ ਤੋਂ ਨਵਾਂ ਪੁਰਾਣੇ ਜੋ ਪੁਰਾਣਾ ਕੋਈ ਉਹਦਾ 파ੜ ਚਾਹੀਦਾ ਸਭ ਕੁਝ ਮਿਲਦਾ ਪਰ ਆਪਣਾ ਦੇਖ ਕੇ ਐਨ ਪਰਖ ਕੇ ਲਿਆ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਹੈ ਪੁਰਾਣੇ ਨੂੰ ਰੰਗ ਕਰ ਕਰ ਵੇਚੀ ਜਾਂਦੇ ਨੇ ਕਿਉਂਕਿ ਪੱਕੇ ਬੰਦੇ ਛੱਡੇ ਹੋਏ ਨੇ ਜਿਹੜੇ ਰੰਗ ਰੋਮ ਕਰਕੇ ਪੇਟੀਆਂ 'ਚ ਬੰਦ ਕਰਕੇ ਦੁਬਾਰਾ ਕਹਿ ਦਿੰਦੇ ਨੇ ਪੇਟੀ ਬੰਦ ਹੈ ਇਹ ਦੇਖੋ ਇਹ ਵੱਡੇ ਨੇ ਇੰਜਨ ਗੱਡੀਆਂ ਦੇ ਸਮਾਨ ਲੈਣਾ ਸਾਰੀ ਕਿਸੇ ਇੱਕ ਦੁਕਾਨ ਤੋਂ ਨਾ ਪੁੱਛ ਕੇ ਹੁਕਰਿਆ ਕਰੋ ਸਾਰੀ ਮਾਰਕੀਟ 'ਚ ਘੁੰਮਿਆ ਕਰੋ ਬਹੁਤ ਰੇਟ ਦਾ ਫਰਕ ਹੁੰਦਾ ਇੱਕ ਦੁਕਾਨ ਤੇ ਕੁਛ ਦੂਜੀ ਤੇ ਕੁਛ ਤੇਜ਼ੀ ਤੇ ਕੁਝ ਹੋਰ ਹੋ ਜਾਂਦਾ ਆਪਣਾ ਘੁੰਮ ਫਿਰ ਕੇ ਜੇ ਨਹੀਂ ਸਾਧਨ ਹੈਗਾ ਤਾਂ ਪੈਦਲ ਦਾ ਕਿਤੇ ਗੱਡੀ ਲਾ ਕੇ ਇੱਕ ਸਾਈਡ ਪੈਦਲ ਆਪਣੀ ਯਾਤਰਾ ਕਰਿਆ ਕਰੋ ਸਾਰੀ ਦੇਖਿਆ ਕਰੋ ਜਿਵੇਂ ਰਿਮਾ ਪਏ ਨੇ ਅਲੱਗ-ਅਲੱਗ ਦੁਕਾਨਾਂ ਤੋਂ ਆਪਣੇ ਪਤਾ ਕਰਕੇ ਜਿੱਥੇ ਤੁਹਾਨੂੰ ਠੀਕ ਲੱਗਦਾ ਹੈ ਵੀ ਚੀਜ਼ੇ ਵਧੀਆ ਉੱਥੇ ਲਿਆ ਕਰੋ ਇਹ ਵੱਡੇ ਜਨਰੇਟਰ ਨੇ 8 6 ਸਿਲੰਡਰ ਇੰਜਨ ਨੇ ਵੱਡੇ ਬਾਕੀ ਤੁਸੀਂ ਸਮਝਦਾਰੋਂ ਸਾਰੇ ਪਤਾ ਹੀ ਹੈ ਤੁਹਾਨੂੰ ਪੂਰੇ ਠੱਗੀ ਬਹੁਤ ਚੱਲਦੀ ਹੈ ਜਿਹੜੇ ਜਿਹੜੇ ਮਿੱਤਰ ਗਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਕੀ ਕੁਝ ਹੁੰਦਾ ਓਰੇ ਇੰਜਨ ਮੈਨੇ ਮਹਿੰਦਰਾ ਦੇ ਮੈਸੀ ਦੇ ਜਿਹੜੇ ਮਾਡੇ ਟਰੈਕਟਰ ਦਾ ਤੁਸੀਂ ਇੰਜਨ ਲੈ ਸਕਦੇ ਹੋ ਜੇ ਇੰਜਨ ਦੀ ਲੋਡ ਹੈ ਜੇ ਤੁਹਾਡਾ ਕਦੇ ਸਵਭ ਬਣਦਾ ਵੀ ਉੱਥੇ ਜਾਣ ਦਾ ਤਾਂ ਨਾਲ 2-3 ਬੰਦੇ ਹੋਰ ਲੈ ਕੇ ਜਾਇਆ ਕਰੋ ਧੰਨਵਾਦ ਦੋਸਤੋ